ਇਹ ਜਨਾਬ ਦਰਬਾਰੇ ਆਲੀਆ ਮੁਰਸ਼ਿਦਾਬਾਦ ਸ਼ਰੀਫ ਮਸ਼ਹੂਰ ਹੈ ਜੰਜੂ ਸ਼ਰੀਫ ਦੇ ਨਾਂ ਦੇ ਦਰਬਾਰ 'ਤੇ ਜਨਾਬ ਪਹੁੰਚ ਗਏ ਹਾਂ। ਹੁਣ ਤੱਕ ਦਰਬਾਰ ਦਾ ਅਸਾਂ ਬਾਹਰਲਾ ਹਿੱਸਾ ਦਿਖਾਉਂਦੇ ਪਏ ਹਾਂ। ਕਿਆ ਖੂਬਸੂਰਤ ਮੰਜ਼ਰ ਹੈ ਦਰਬਾਰ ਦੇ ਨਾਲ ਮਸੀਹ ਅਤੇ ਦਰਬਾਰ ਹੈ ਜੰਜੂ ਸ਼ਰੀਫ ਅਲ ਮਰੂਫ ਜੰਜੂ ਸ਼ਰੀਫ ਮੁਰਸ਼ਿਦਾਬਾਦ ਜ਼ਿਲ੍ਹਾ ਬੱਖਰ 'ਚ। ਇਹ ਕੁਝ ਦਰਬਾਰ ਦਾ ਬਾਹਰਲਾ ਹਿੱਸਾ ਹੈ। ਇਹ ਤੁਸੀਂ ਦੇਖਦੇ ਪਏ ਹੋ ਬਹੁਤ ਖੂਬਸੂਰਤ ਹਿੱਸਾ ਹੈ। ਇਹ ਕਮਰੇ ਬਣਾਏ ਗਏ ਸਾਰੇ ਅਤੇ ਹੁਣ ਤੱਕ ਅਸੀਂ ਦਰਬਾਰ ਦੇ ਅੰਦਰ ਵਿਖੇ ਜੁਲਸੋਂ ਅਤੇ ਜਨਾਬ ਇੱਕ ਦਰੋਜ਼ਾ ਆਲੀਆ ਹਜ਼ਰਤ ਖਵਾਜਾ ਗੁਲ ਹਸਨ ਇਹਨਾਂ ਦਾ ਪੂਰਾ ਨਾਂ ਹੈ ਅਤੇ ਅੰਦਰ ਜੁਲਦੇ ਪਏ ਤਾਂ ਅੰਦਰ ਵੀ ਦਿਖੇ ਨੇ ਅੰਦਰੋਂ ਦਾ ਮੰਜ਼ਰ ਵੀ ਮੰਜ਼ਰ ਦਰਬਾਰ ਦੇ ਮਾਸ਼ਾਅੱਲਾ ਸੁਭਾਨ ਅੱਲਾ ਅਤੇ ਦਰਬਾਰ ਦਾ ਅੰਦਰੂਨੀ ਇਹ ਹੱਥ ਹੈ। ਇਹਦਾ ਵੀ ਮੰਜ਼ਰ ਦੇਖ ਸੋ ਕਿਆ ਖੂਬਸੂਰਤ ਨਕਸ਼ਕਾਰੀ ਕੀਤੀ ਗਈ ਹੈ ਦਰਬਾਰ ਦੇ ਅੰਦਰ। ਖੂਬਸੂਰਤ ਪੁਰਾਣੇ ਦੌਰ ਦੇ ਜਨਾਬ ਨਕਸ਼ ਨਿਕਾਰ ਖੂਬਸੂਰਤ ਪੇਂਟਿੰਗ ਕੀਤੀ ਗਈ ਹੈ। ਕੰਧਾਂ 'ਤੇ ਖੂਬਸੂਰਤ ਚਿਪਸ ਲਾਈ ਗਈ ਹੈ। ਬਹੁਤ ਖੂਬਸੂਰਤ ਮੰਜ਼ਰ ਹੈ ਅੰਦਰ ਦਾ ਦਰਬਾਰ ਦਾ। ਇਹ ਦੇਖੋ ਮਾਸ਼ਾਅੱਲਾ ਕਿਆ ਪਿਆਰਾ ਡਿਜ਼ਾਇਨ ਹੈ, ਕਿਆ ਪਿਆਰਾ ਡਿਜ਼ਾਇਨ ਦੀ ਖੂਬਸੂਰਤੀ ਕੋ ਵਧਾਇਆ ਗਿਆ ਹੈ। ਅੱਲਾਹ ਦੇ ਜਿਤਨੇ ਵੀ ਬਜ਼ੁਰਗ ਗੁਜ਼ਰ ਗਏ ਮਾਸ਼ਾਅੱਲਾ ਸੁਭਾਨ ਅੱਲਾ। ਅਤੇ ਕੋਈ ਦਰਬਾਰ ਦੇ ਬਾਹਰਲਾ ਹਿੱਸਾ ਇਹ ਕਿਆ ਖੂਬਸੂਰਤ ਇਹ ਬਣਾਇਆ ਗਿਆ ਪੁਰਾਣੇ ਦੌਰ 'ਚ। ਇਹ ਬਹੁਤ ਖੂਬਸੂਰਤ ਬਣਾਇਆ ਗਿਆ। ਇਹ ਦੇਖੋ ਪਿੱਲਰ ਮੁਨਾਰ ਬਾਹਰ ਪਰ ਬਾਹਰੀ ਹਿੱਸਾ ਹੈ ਦਰਬਾਰ ਦਾ। ਅਤੇ ਇਹ ਦੇਖੋ ਚੈੱਕ ਕਰੋ ਮਾਸ਼ਾਅੱਲਾ ਅਤੇ ਸੁਭਾਨ ਅੱਲਾ। ਇਹ ਦੇਖੋ ਜੀ ਇਹ ਦਰਬਾਰ ਦੇ ਨਾਲ ਦਾ ਕੁਝ ਪਿਆਰਾ ਜਿਹਾ ਸੀਨ ਬੱਕਰੀਆਂ ਦਾ ਖੂਬਸੂਰਤ ਨਜ਼ਾਰਾ। ਅਤੇ ਵੱਲ ਇੱਕ ਦਫ਼ਾ ਦੂਰ ਤੋਂ ਤੱਕ ਦਰਬਾਰ ਦੀ ਤਸਵੀਰ ਦਿਖਾਉਂਦੇ ਪਏ ਨਾਲ ਮਸੀਹ ਅਤੇ ਨਾਲ ਦਰਬਾਰ ਹੈ। ਬੋਰਡ ਦਰਖਤ ਹੈ, ਬੜਾ ਖੂਬਸੂਰਤ ਦਰਖਤ ਹੈ, ਬੜੀ ਵੱਡੀ ਬੋੜੇ ਛਾਂ ਵੀ ਇਹਦੀ। ਅਤੇ ਮਸ਼ਹੂਰ ਦਰਬਾਰ ਜਨਾਬ ਜੰਜੂ ਸ਼ਰੀਫ ਮਾਸ਼ਾਅੱਲਾ। ਜਨਾਬ ਹੈ ਪਿੰਗਲੜ ਨੰਬਰ 1 'ਚ ਆਪਣੇ ਆਪਣੇ ਨਾਂ ਹੋਣ ਮੁਖਤਲਿਫ ਇੱਥੇ ਕੁਝ ਕਿਰਾਣੇ ਦੁਕਾਨ ਇਹ ਸ਼ਹਿਰ